किधर चला गया जी तेरी लत भी बन गया लत तो मेरी चंगी बनी है नाल दे बन गई लत मेरी मैं उठ के माड़े जा तुरिया वा ओदा नाला खुल गया वो धमाला पाउन लग गया कहना मेरी सुनी गई मेरी सुनी गई वो मेरे मुर्शद गोडियां नूं हत्थ ला मुर्शद मेरे नूं लावे मेरा दोवे हथा च पूरा ना हो बड़े गंदे अदरक वर्गी शक्ल तेरी अखा चखा पा तेरे ते जादू टूड़े कट लैना मैं तेरे टूड़े वा बुढ़िया जी बाबा जिन्ने दिन मेला चल रहा है इतने रस्सा पा के बंद बंद इथे नू दवाना भी सा हिम्मत ना भी चुप कर जा बाबा सीधा तेरे मूंह च सी लांच जस रहा मैं जिना हूं तेरे खा चला सभी सुता पिया सी तू लाख रुपया सेफ चो कढ़िया किथे कीता है पता नहीं अगा अज रात नु सौंगा फिर पता लगूगा लांतिया तू जमया ठीक नहीं मैं ठीक कितों कर दिया असि बगाने हो गए जिन्हां ने दुआवां कर करके तेरा दुनिया ते लियांदा तैनू है मैं पापा जी मैं तेन नहीं जान देना मैं तेन इतना रगड़ना मैं नहीं जान देना बाबिया की गल सालिया चुप कर जा जम के पदेश तो दिल चढ़ाने वाले चुप कर जा सब तो कड़ा गलत मरीज मैं तो किथे किथे नहीं लभ्या मुर्शद ना मरादो चुम चुम के बाबे की यखनी पी गए गोडे की दीदार बनना कदी कदी मैं नरगस बनना आफरीन बनना सहमा खान बनना चाहती है बंदे दी पुत्र नहीं बनना चाहती क्यों तलाक लेना चाहिए अखा थले जेड़े हल्के पे ने बिल इस तरह जमा होंदा रहे
ਬੜੇ ਮੁਸ਼ਕਲ ਨਾਲ ਤੂੰ ਬਿਲ ਜਮਾ ਕਰਾਏ। ਉਹ ਬਾਬਾ ਜੀ ਜਾਗ ਜਾਗ ਕੇ। ਉਹ ਤੇ ਜਾਗਣਾ ਹੀ ਪੈਂਦਾ, ਸੌਣ ਕੌਣ ਦਿੰਦਾ ਜੀ ਬਾਬਾ ਜੀ। ਪਰ ਜੀ ਉਹ ਬਾਬਿਆ ਓਏ ਬਾਬਿਆ, ਤੇਰੇ ਆਸਤਾਨੇ ਦਾ ਮਜ਼ਾ ਹੁੰਦਿਆ ਵਾ। ਅਸੀਂ ਇੱਥੇ ਜੂਆ ਖਰਾਨੇ ਦੋਸਤਾਂ ਨੂੰ ਬੁਲਾਵੇ, ਇੱਥੇ ਮਰੀਦ ਆਣਗੇ, ਹੋਰ ਕੋਈ ਨਹੀਂ। ਨੋ ਨੋ ਐਂਟਰੀ। ਹਾਂ ਬਾਬਾ, ਇਹ ਕੌਣ ਹੈ? ਕੌਣ ਆ? ਪਤਾ ਨਹੀਂ ਕੌਣ ਹੈ। ਕਰ ਕਿਸੇ ਚੁਸਤ ਕੁੱਤੀ ਦੇ ਮੂੰਹ ਵਾਲੇ। ਬਾਬਾ ਜੀ ਸਰਕਾਰ ਨੇ ਕਰ ਲੈਣੇ ਟਰੈਕ ਤੇ ਲਿਆਨੇ ਇਹਨੂੰ। ਆ ਕੁੜੀਏ, ਬਾਬਾ ਜੀ ਇਹਦਾ ਕੋਈ ਟਾਈਮ ਨਹੀਂ ਘਰ ਆਉਣ ਦਾ। ਇਹ ਘਰ ਨਹੀਂ ਆਉਂਦਾ ਟਾਈਮ? ਨਹੀਂ ਆਉਂਦਾ ਟਾਈਮ। ਬਾਕੀ ਤੇਰੇ ਨਾਲ ਬਾਬੇ ਵਾਦਾ ਕਰਦੇ ਨੇ, ਇਹ ਟਾਈਮ ਦਾ ਘਰ ਆਏਗਾ। ਅਗਰ ਇਹ ਨਹੀਂ ਆਏਗਾ ਤੇ ਫਿਰ ਬਾਬਾ ਆਪ ਆਏਗਾ। ਬਾਬਾ ਜੀ ਦਾ ਕਹਿਣ ਦਾ ਮਕਸਦ ਆ ਕਿ ਟਾਈਮ ਨਾਲ ਘਰ ਨਹੀਂ ਆਉਂਦਾ। ਅੱਛਾ, ਨਹੀਂ ਕਿ ਉਹਦੀ ਟਾਈਮਿੰਗ ਸਹੀ ਨਹੀਂ ਤੇ ਇਹ ਟਾਈਮਿੰਗ ਵੀ ਬਾਬਿਆਂ ਨੇ ਸਹੀ ਕਰਨੀ ਹੈ। ਬਾਬਾ ਜੀ ਨੂੰ ਦੱਸਾਂ ਸਹੀ ਜਿਹਨਾਂ ਦੀ ਟਾਈਮਿੰਗ ਸਹੀ ਆ ਉਹਨਾਂ ਨੂੰ ਤਾਂ ਬਾਬੇ ਨੇ ਬੰਨਿਆ ਹੋਇਆ ਵਾ। ਚੁੱਪ ਕਰ ਜਾ, ਚੁੱਪ ਕਰ ਜਾ, ਕਿੱਡਾ ਤੇਰਾ ਪੁੱਠੀ ਤੋਏ ਵਾਲਾ ਮੂੰਹ। ਬਾਬਾ ਜੀ ਮੇਰੀ ਕਿਸਮਤ ਵੇਖੋ, ਮੈਂ ਕੈਟਰੀਨਾ ਕੈਫ ਬਣ ਜਾਵਾਂਗੀ। ਬਣ ਸਕਦੀ ਹੈ? ਕਿਵੇਂ? ਅੱਧੇ ਘੰਟੇ ਚ ਮੈਂ ਤੈਨੂੰ ਕੈਟਰੀਨਾ ਕੈਫ ਬਣਾ ਦਿਆਂ। ਕਿਸ ਤਰ੍ਹਾਂ? ਕਿਸ ਤਰ੍ਹਾਂ ਬਾਬਾ ਜੀ? ਜੇ ਉੱਤੋਂ ਕੋਈ ਨਾ ਆਵੇ ਤੇ। ਬਾਬਾ ਜੀ ਕੀ ਕਰ ਰਹੇ ਹੋ? ਕੰਮ ਕਰਦਾ, ਕੰਮ ਕਰਦਾ। ਆਪਣਾ ਕਾਕੀ ਕਿਉਂ ਕੈਟਰੀਨਾ ਕੈਫ ਬਣਨੀ? ਕਿਉਂਕਿ ਬਾਬਾ ਜੀ ਮੈਂ ਫਿਲਮਾਂ ਚ ਕੰਮ ਕਰਨਾ ਚਾਹਨੀ ਆ। ਅੱਛਾ, ਤਲਾਕ ਲੈ ਕੇ ਫਿਲਮਾਂ ਚ ਆਣਾ ਚਾਹਨੀ? ਹੀਰੋਇਨ ਬਣਨਾ ਚਾਹਨੀ? ਹੀਰੋਇਨ ਬਣਨਾ ਚਾਹਨੀ ਆ। ਓਏ ਕੁੜੀਏ, ਤੈਨੂੰ ਪਤਾ ਕਿ ਅਸਲੀ ਹੀਰੋਇਨ ਕੌਣ ਹੁੰਦੀ ਹੈ? ਇਹ ਜਿਹੜੀਆਂ ਫਿਲਮਾਂ ਚ ਆਉਂਦੀਆਂ ਅਸਲ ਹੀਰੋਇਨ ਇਹ ਨਹੀਂ ਹੁੰਦੀਆਂ। ਅਸਲ ਹੀਰੋਇਨ ਉਹ ਹੁੰਦੀ ਹੈ ਜਿਹੜੀ ਘਰ ਦੀ ਚਾਰ ਦੀਵਾਰੀ 'ਚ ਇੱਜ਼ਤ ਦੀ ਚਾਦਰ ਲੈ ਕੇ ਬੈਠੀ ਹੋਵੇ। ਵਾਹ ਵਾਹ। ਇਹ ਆ ਬਾਬਿਆ ਜੀ, ਆ ਬਾਬਿਆ, ਕਿਤੇ ਕਿਤੇ ਗੈਰਤਮੰਦ ਵੀ ਆ। ਮੈਂ ਤੇ ਕਿਤੇ ਕਿਤੇ ਗੈਰਤਮੰਦ ਆ, ਤੂੰ ਤੇ ਉਰਦਗੁਲ ਗਾਜ਼ੀ ਦਾ ਮੁੰਡਾ ਹੈ। ਸਰਕਾਰ ਮਜ਼ੇ ਆ ਰਹੇ ਨੇ ਤੇਰੇ ਆਸਤਾਨੇ ਦੇ ਤੇਰੇ। ਨਾ ਤੈਨੂੰ ਮਜ਼ੇ, ਤੈਨੂੰ ਮਜ਼ੇ। ਚੱਦਰ ਪਾ, ਇੱਥੇ ਤਵੀਤ ਕਰਦੀ ਹੈ। ਕਿਸਮਤ ਵੇਖੋ ਦੇਖਨੇ ਆ ਕਾਕੀ, ਕਿਸਮਤ ਦੇ ਕੋਲ ਤੇ ਮੈਂ ਪਹੁੰਚਿਆ ਹੀ ਨਹੀਂ ਸੀ ਪਹਿਲੇ ਚੀਜ਼। ਬਾਹਰ ਬਜ਼ੁਰਗ ਆ, ਇੱਥੇ ਬੈਠ ਬੈਠ। ਇਹ ਬਜ਼ੁਰਗ ਬਾਹਰ ਜਿੱਦਾਂ ਕੁੜੀ ਤੇ ਕੱਪੜਾ ਪਾ ਲਿਆ ਹੈ, ਤੁਹਾਡਾ ਆਸਤਾਨਾ ਵਾ ਤੇ ਕੰਜਰਖਾਨਾ ਵਾ? ਮੇਰੀ ਇਹ ਬਕਵਾਸ ਕਰ ਰਿਹਾ ਹੈ। ਅਸੀਂ ਇੱਥੇ ਮੁਰੀਦਾਂ ਦੀ ਦੁੱਖ ਸੁਣ ਰਹੇ ਚਤਰਾ ਪਾ ਪਾ ਕੇ ਨਲੈਕਾ। ਇਹ ਚੂਣਾ ਹੈ ਬਾਬੇ ਦਾ, ਚੂਣਾ ਹੈ ਦੁਨੀਆ। ਚੂਣਾ ਵਾ ਹਾਂ, ਮਾੜੇ ਜੇ ਮੇਰੇ ਕੋ ਵੀ ਨੂਣਾ ਕਰਵਾ ਦਿਓ। ਮੈਂ ਕਰਵਾ ਦੇ ਤੇਰੇ ਕੋ। ਅੱਗੇ ਅੱਗੇ ਹੋ ਬਾਬਾ ਜੀ, ਮੇਰੀ ਕਿਸਮਤ ਵੇਖੋ। ਅੱਗੇ ਹੋ ਆ ਚੋਰ, ਆ ਚੋਰਨੀ ਹੈ, ਚੋਰਨੀ ਹੈ। ਕੀ ਹੋਇਆ ਬਾਬਾ ਜੀ? ਤਿੰਨ ਦਿਨ ਹੋਏ ਮੈਂ ਆਪਣੀ ਬਰੈਨ ਲੱਭ ਰਿਹਾ, ਤੂੰ ਭਾਈ ਉਹ ਜੀ ਉਹ ਬਾਬੇ ਆ ਬਾਬਾ ਜੀ, ਮੇਰੀ ਬਰੈਨਾਂ ਵਾਲਿਆ ਤੇਰੀਆਂ ਖਾਰਾਂ ਵੇ। ਜਾ ਕਾਕੀ, ਜਾਵਾਂ ਤੇਰੀ ਬਨਾਨ ਤੋਂ। ਇਹਦੇ ਨਾਲ ਰਹਿਣੇ, ਇਹਦੇ ਨਾਲ ਰਹਿਣੇ। ਜਾ ਚਲੀ ਜਾ। ਬਾਬਾ ਜੀ ਤੁਸੀਂ ਕਹਿੰਦੇ ਹੋ ਤਾਂ ਚਲੋ ਮੈਂ ਇੱਜ਼ਤ ਨਾਲ ਰਹਿ। ਠੀਕ ਹੈ ਬਾਬਾ ਜੀ, ਠੀਕ ਹੈ। ਲੈ ਜਾ ਲੈ ਜਾ, ਠੀਕ ਹੈ ਬਾਬਾ ਜੀ। ਲੈ ਜਾ ਬਾਬਾ ਜੀ, ਹਰ ਬੰਦਾ ਤੇਰੇ ਲੱਤਾਂ 'ਚ ਮੂੰਹ ਦੇਈ ਜਾਂਦਾ, ਤੂੰ ਲੱਤਾਂ 'ਚ ਸ਼ਤੂਤ ਲਾਇਆ। ਓਏ ਅਦਬ ਹੁੰਦਾ ਹੈ ਬੱਚਿਆ, ਅਦਬ ਹੁੰਦਾ।